ਕਿ ਅੰਮ੍ਰਿਤ ਸਰਬਲ ਜਾਂਦੇ ਰਾਈਓ ਜਾਣਾ ਗੁਰਦੁਆਰੇ ਜੀ ਹਰ ਮੰਦਿਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ ਜੀ। ਗੁਰੂ ਰਾਮਦਾਸ ਪਾਤਸ਼ਾਹ ਦੀ ਨਗਰੀ ਹੈ ਪਰ ਆਹ ਮੁੰਡਾ ਹਰਿਆਣਿਕ ਹੈ, ਇਹ ਕਹਿੰਦੇ ਰਵੀ ਦਿਓਰੇ ਵਾਲਾ ਹੈ, ਆਹ ਝਾਂਗੇ ਵਾਲਾ ਗੁਰਵਿੰਦਰ ਹੈ ਮੇਰੇ ਵੀਰੋ, ਇਹ ਸਰਦਾਰ ਚੰਨਣ ਸਿੰਘ ਦਾ ਪੋਤਾ ਹੈ ਜਿਹਨੇ ਟਰਾਈ ਕੀਤੀ ਹੈ ਪਰ ਨੰਬਰ ਕਹਿੰਦੇ ਭਾਵੀ ਨੇ ਜੋੜ ਦਿੱਤਾ ਹੈ। ਆਹ ਕਹਿੰਦੇ ਬੂਰੀਆ ਨੌਜਵਾਨ ਕਬੱਡੀ ਪਾਉਣ ਲਈ ਪੂਰੀ ਪੂਰੀ ਹੈ ਨੌਜਵਾਨ, ਰਾਈਏ ਦੇ ਇਲਾਕੇ ਦਾ, ਬਿਆਸ ਦੇ ਇਲਾਕੇ ਦਾ ਇਹ ਨੌਜਵਾਨ ਦਾ, ਕਹਿੰਦੇ ਬੂਲੇ ਨੰਗਲ ਪਿੰਡ ਹੈ, ਲਓ ਸਾਹਮਣੇ ਕਹਿੰਦੇ ਪੂਰੀ ਇਸ ਵੇਲੇ ਕਬੱਡੀ ਪਾ ਰਿਹਾ ਤੇ ਦੂਜੇ ਪਾਸੇ ਸ਼ੀਲੂ ਹੈ ਨੌਜਵਾਨ, ਲਓ ਸ਼ੀਲੂ ਨੇ ਟਰਾਈ ਕੀਤੀ ਹੈ ਤੇ ਪੂਰੀ ਨੇ ਇੱਕ ਤਕੜਾ ਨੰਬਰ ਜੋੜ ਦਿੱਤਾ ਹੈ। ਆ ਰੈਂਟੂ ਦਾ ਪੇਂਡੂ ਹੈ, ਇਹ ਪਿੰਨੀ ਪਤਾਰੇ ਵਾਲਾ ਹੈ, ਕਬੱਡੀ ਪਾਉਣ ਲਈ ਵਧਿਆ ਹੋਇਆ ਹੈ, ਚਾਰ ਜਾਫੀਆਂ ਵਿੱਚੋਂ ਉਹ ਗੁਰਵਿੰਦਰ ਘਾਂਗੇ ਦੀ ਛਾਤੀ ਟੱਚ ਹੋਇਆ ਹੈ, ਕਈ ਛਾਤੀ ਵਿੱਚ ਜ਼ੋਰ ਹੋਵੇ ਲੋਕੀ ਤਾਂ ਪੁੱਛਦੇ ਸਿਰਨਾਮਾ ਹਰਜੀਤ ਬਰਾੜ ਜਹੇ ਵਿਰਲੇ ਪੁੱਤ ਜੰਮਦੀਆਂ ਮਾਵਾਂ। ਆ ਮੱਖਣ ਮੱਖੀ ਸੰਧੂ ਮੇਰੇ ਵੀਰੋ ਕਬੱਡੀ ਪਾ ਰਿਹਾ ਹੈ, ਇਹ ਝਵਾਲ ਦੇ ਇਲਾਕੇ ਦਾ ਹੈ, ਇਹ ਧੰਨ ਧੰਨ ਬਾਬਾ ਬੁੱਢਾ ਸਰ ਦੇ ਇਲਾਕੇ ਦਾ ਮੇਰੇ ਵੀਰੋ, ਪੀਰ ਬਾਬਾ ਬੁੱਢਾ ਸਰ ਦੀ ਧਰਤੀ। ਆਹ ਸਾਹਮਣੇ ਇਹ ਸ਼ੀਲੂ ਹੈ ਹਰਿਆਣੇ ਵਾਲਾ ਪਰ ਸਾਹਮਣੇ ਮੱਖੀ ਆਹ ਮਾਝੇ ਵਾਲਾ, ਕਿ ਅੱਖ ਵਾਲੀ ਘੂਰਨਾ ਕਿਸੇ ਦੀ ਚੱਲਦੇ ਬੜੇ ਕੱਬੇ ਮੁੰਡੇ ਕਹਿੰਦੇ ਮਾਝੇ ਅਲਦੇ, ਇਹ ਮਾਝੇ ਦੀ ਧਰਤੀ ਮਾਝੇ ਦਾ ਮਜਾਇਲ ਇੱਕ ਤਗੜਾ ਨੰਬਰ ਦੌੜਦਾ ਹੋਇਆ ਬੰਟੀ ਟਿੱਬੇ ਵਾਲਾ ਕਬੱਡੀ ਪਾ ਰਿਹਾ ਕਿ ਪਹਿਲੀ ਵਾਰੀ ਟੱਕਰਿਆ ਕੋਈ ਬਰੋਬਰ ਦਾ ਉਹ ਜ਼ੋਰ ਪਰਖਿਆ ਜਾਣਾ ਮਿੱਤਰੋ, ਚੋਬਰ ਦਾ ਜ਼ੋਰ ਪਰਖੇ ਜਾ ਰਿਹਾ। ਬੰਟੀ ਟਿੱਬੇ ਵਾਲੇ ਨੇ ਗੁਰਵਿੰਦਰ ਘਾਂਗੇ ਨੂੰ ਟੱਚ ਕਰਕੇ ਨੰਬਰ ਜੋੜਿਆ। ਆ ਅੰਮ੍ਰਿਤ ਨੌਜਵਾਨ ਕਬੱਡੀ ਨਿਰਮਲ ਲੋਪੋ ਕੇ ਪਿੰਡ ਹੈ, ਬਿਲਕੁਲ ਅਟਾਰੀ ਬਾਰਡਰ ਦੇ ਲਾਗੇ ਕਰਕੇ ਮੇਰੇ ਵੀਰੋ ਹੱਦਾਂ ਸਰਹੱਦਾਂ ਦੀ ਗੱਲ ਹੈ। ਆ ਕਹਿੰਦੇ ਚਮਕੌਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦਾ ਇਹ ਫੌਜੀ ਹੈ ਸ਼ੀਹੋ ਮਾਜਰੇ ਵਾਲਾ ਜਿਹਨੇ ਟਰਾਈ ਕੀਤੀ ਹੈ ਪਰ ਨਿਰਮਲ ਨੇ ਇੱਕ ਤਗੜਾ ਨੰਬਰ ਜੋੜਦਾ ਹੈ। ਅਮਰੀਕ ਸਿੰਘ ਰਵੀ ਦਿਓਰੇ ਵਾਲਾ ਕਬੱਡੀ ਪਾ ਰਿਹਾ, ਸਾਹਮਣੇ ਕਹਿੰਦੇ ਰਵੀ ਦਿਓਰੇ ਵਾਲਾ ਨੌਜਵਾਨ ਕਬੱਡੀ ਪਾ ਰਿਹਾ, ਸਾਹਮਣੇ ਚਾਰੇ ਕਹਿੰਦੇ ਤਿਆਰ ਬਰ ਤਿਆਰ ਨੇ, ਹੁਣ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਬੱਲੇ ਬੱਲੇ ਕਰਵਾਵੇਗਾ। ਸਰਹਾਲੀ ਵਾਲੇ ਵੀਰੇ ਦੇ ਹੁਣ ਤੋਂ ਲੈ ਕੇ ਤਿੰਨ ਜਫੇ ਪੰਜਾਬ ਮੋਟਰਾਂ ਨੇ ਸੁੱਖੇ ਵੱਲੋਂ $500 ਦੇ ਹੋਣਗੇ, $500 ਵੀਰੇ ਸਰਹਾਲੀ ਦੇ ਤਿੰਨ ਜਫਿਆਂ ਦੇ ਉੱਪਰ। ਸਾਡਾ ਵੱਡਾ ਵੀਰ ਕਹਿੰਦੇ ਐਡੀ ਲੋੜ ਤੋਂ ਪੰਜਾਬ ਮੋਟਰ ਵਾਲਾ ਸੁੱਖਾ, ਜਿਹਦਾ ਕਹਿੰਦੇ ਤਿੰਮੋਵਾਲ ਪਿੰਡ ਹੈ ਸੁੱਖਾ ਪੰਜਾਬ ਮੋਟਰ ਵਾਲਾ, ਉਹਦੇ ਵੱਲੋਂ ਵੀਰੇ ਦੇ ਤਿੰਨ ਜਫੇ ਹੁਣ ਤੋਂ ਲੈ ਕੇ $500 ਦੇ, $500 ਦੇ। ਆ ਸੁਖਮਨ ਦਾ ਵੀਰ, ਇਹ ਯਾਰ ਸ਼ਚੋਲਾ ਸਾਹਿਬ ਦੀ ਧਰਤੀ ਦਾ, ਸੁਖਮਨ ਨੂੰ ਕਹਿੰਦੇ ਜਹਾਜ਼ ਦਾ ਖਿਤਾਬ ਮਿਲਿਆ, ਪਹਿਲਾਂ ਜਿੰਦਰ ਖਾਨੋ ਵਾਲੀਏ ਨੂੰ ਜਹਾਜ਼ ਦਾ ਖਿਤਾਬ ਮਿਲਿਆ ਤੇ ਦੂਜਾ ਕਹਿੰਦੇ ਸੁਖਮਨ ਨੂੰ, ਤੇ ਸੁਖਮਨ ਦੀ ਤਸਵੀਰ ਅਰਸ਼ ਨੇ ਕਹਿੰਦੇ ਛਾਤੀ ਤੇ ਬਣਾਈ ਹੈ। ਆਹ ਕਹਿੰਦੇ ਨੌਜਵਾਨ ਭੂਰੀ ਬੂਲੇ ਨੰਗਲ ਵਾਲਾ, ਇਹ ਟੈਕਨੀਕਲ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਹੈ, ਇਹ ਨੰਬਰ ਸਰਨੀ ਕਬੱਡੀ ਕਲੱਬ ਦੇ ਹਿੱਸੇ ਹੈ, ਨਾ ਵਕਤ ਰੋਕਿਆ ਰੁਕਦਾ ਏ, ਨਾ ਚੱਲੇ ਜ਼ੋਰ ਤਕਦੀਰਾਂ ਤੇ ਆਪਣੇ ਵਿਛੜੇ ਚੇਤੇ ਆਉਂਦੇ ਆ ਜਦ ਨਜ਼ਰ ਪਵੇ ਤਸਵੀਰਾਂ ਤੇ। ਆਹ ਨੌਜਵਾਨ ਬੰਟੀ ਟਿੱਬੇ ਵਾਲਾ ਹੈ ਪਰ ਸਾਹਮਣੇ ਵੀਰਾ ਸਰਹਾਲੀ ਵਾਲਾ ਹੈ, ਨੰਬਰ ਬੰਟੀ ਟਿੱਬੇ ਵਾਲੇ ਨੇ ਜੋੜ ਦਿੱਤਾ ਹੈ। ਓਂਕਾਰ ਸੇਖੋਂ ਦੇ ਪਾਪਾ ਜੀ ਸਰਦਾਰ ਅਜੀਤ ਸਿੰਘ ਜੀ
ਵਿਸ਼ੇਸ਼ ਤੌਰ ਤੇ ਮੇਰੇ ਵੀਰ ਪੁੱਜੇ ਹੋਏ ਹੈ। ਮੈਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਧੀਰਪੁਰ ਦੇ ਸਰਦਾਰ ਗੁਰਦੇਵ ਸਿੰਘ ਦੇਬੂ ਜਿਨ੍ਹਾਂ ਨੂੰ ਪਾਣੀ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ ਹੈ, ਉਹਨਾਂ ਦੇ ਬ੍ਰਦਰ ਮੇਰੇ ਵੀਰੋ ਸਰਦਾਰ ਅਜੀਤ ਸਿੰਘ ਜੀ ਵਿਸ਼ੇਸ਼ ਤੌਰ ਤੇ ਆਏ ਹੋਏ ਹੈ। ਔਰ ਸਾਹਮਣੇ ਨਿਰਮਲ, ਇੱਕ ਪਾਸੇ ਲੋਪੋ ਕੇ ਵਾਲਾ ਤੇ ਦੂਸਰੇ ਪਾਸੇ ਸ਼ੀਲੂ, ਔਰ ਨੰਬਰ ਜਿਹੜਾ ਇਹ ਧਾਵੀ ਦੇ ਹਿੱਸੇ ਹੈ। ਚਾਲੋ ਚੋਬਰਾ ਔਰ ਰਵੀ ਬਿਆਰੇ ਵਾਲਾ ਕੈਨੇਡਾ ਦੇ ਵਰਲਡ ਕੱਪ ਦਾ ਮੇਰੇ ਵੀਰੋ ਉੱਤਮ ਰਿਹਾ, ਜਿੱਥੋਂ ਦਾ ਗੁਰਜੀਤ ਤੂਤਾਂ ਵਾਲਾ ਵੀ ਇੱਕ ਸਾਲ ਦਾ ਬੈਸਟ ਰਿਹਾ, ਔਰ ਸੰਦੀਪ ਲੱਲੀਆਂ ਵਾਲਾ ਦੋ ਵਾਰ ਬੈਸਟ ਰਿਹਾ, ਗੁਰਲਾਲ ਘਨੌਰ ਦੋ ਵਾਰ ਬੈਸਟ ਰਿਹਾ, ਇਸੇ ਤਰ੍ਹਾਂ ਹਰਜੀਤ ਬਰਾੜ ਦਾ ਰਿਕਾਰਡ ਆ ਵੀ 3 ਸਾਲ ਹੈਟ੍ਰਿਕ ਲਾਈ ਹੈ। ਦਵਰਜੀ ਵਾਲਾ ਦੀਪ ਇਹਨੇ 11 ਟਰੈਕਟਰ ਜਿੱਤੇ ਹੈ, ਪਰ ਸਾਹਮਣੇ ਵੇਖੋ ਟੈਕਨੀਕਲ ਪੁਆਇੰਟ ਇਹ ਦੀਪ ਦਵਰਜੀ ਦਾ, ਔਰ ਨੰਬਰ ਕਹਿੰਦੇ ਦੀਪ ਦਵਰਜੀ ਦਾ। ਦੀਪ ਕਹਿੰਦੇ ਪਹਿਲਾ ਇਨਸਾਨ ਹੀ ਦੇਖਿਆ ਵੀ ਜਿਵੇਂ ਕਹਿੰਦੇ ਆਪ ਟਰੈਕਟਰ ਜਿੱਤ ਕੇ ਗਿਫਟ ਕਰ ਦਿੱਤਾ ਕਿਸੇ ਨੂੰ ਮੋਟਰਸਾਈਕਲ ਗਿਫਟ ਕਰ ਦਿੱਤਾ, ਇਹ ਵੀ ਇੱਕ ਮਾਣ ਵਾਲੀ ਗੱਲ ਹੈ। ਪਰ ਇੱਧਰ ਕਹਿੰਦੇ ਨਾਈਆਂ ਨੇ ਇਸ ਵੇਲੇ ਪਿੰਨੀ, ਤੇ ਆਹ ਕਹਿੰਦੇ ਬਾਬੇ ਕਪੂਰ ਸਿੰਘ ਦਾ ਪੋਤਾ ਮੇਰੇ ਮਿੱਤਰੋ, ਇਹਦੇ ਬਾਪੂ ਨੀ ਕਹਿੰਦੇ ਛੇ ਭਰਾ ਤੇ ਛੇਆਂ ਨੇ ਕੌਡੀ ਖੇਡੀ ਆ, ਇਹ ਕਹਿੰਦੇ ਅਰਸ਼ ਚੋਹਲਾ ਸਾਹਿਬ ਦਾ ਨੌਜਵਾਨ ਟਰਾਈ ਕਰਦਾ। ਆਕਾਸ਼ ਦਾ ਕਹਿੰਦੇ ਚੌਧਰੀ ਵਾਲਾ ਪਿੰਡ ਹੈ, ਗੱਲ ਜ਼ਿਲ੍ਹੇ ਗੁਰਦਾਸਪੁਰ ਦੀ ਚੱਲਦੀ ਹੈ, ਉੱਥੇ ਗੁਰਵਿੰਦਰ ਮੰਤਰੀ ਹੁਣੀ ਇਹ ਕਹਿੰਦੇ ਕਬੱਡੀ ਕਰਕੇ ਵੀਰ ਮਿਲੇ ਨੇ। ਦੀਪ ਭਲਵਾਨ ਦਾ ਕਹਿੰਦੇ ਟੰਡਿਆਲ ਪਿੰਡ ਹੈ, ਉਧਰ ਕਹਿੰਦੇ ਸ਼ੈਲੀ ਸੇਖੋ ਸਾਡਾ ਛੋਟਾ ਵੀਰ, ਔਰ ਦਿਲੋ ਦਵਾਵਾਂ ਨੇ ਇਹ ਤਪਿੰਦਰ ਪੰਨੂ ਵਰਗੇ, ਇਹ ਕਮਲ ਖਿਲੜੀਆਂ ਵਰਗੇ, ਇਹ ਕਹਿੰਦੇ ਕਬੱਡੀ ਕਰਕੇ ਮਿਲੇ ਆ। ਦਵਾਵਾਂ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਕਿ ਮਿੱਤਰਾਂ ਨੂੰ ਬੋਲਣੇ ਦੀ ਲੋੜ ਕੋਈ ਨਾ, ਉਹ ਸਾਡੇ ਬੱਲਿਆ ਰਿਕਾਰਡ ਬੋਲਦੇ, ਸਾਡੇ ਬੱਲਿਆ ਰਿਕਾਰਡ ਬੋਲਦੇ। ਆਹ ਪਹਿਲਾ ਹੀ ਟੂਰਨਾਮੈਂਟ ਹੈ ਗੁਰੂ ਘਰ ਦੇ ਵੱਲੋਂ ਮੇਰੇ ਵੀਰੋ, ਪਹਿਲਾ ਹੀ ਟੂਰਨਾਮੈਂਟ ਸਫਲ ਹੈ, ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੈ, ਔਰ MP ਸਾਹਿਬ ਵੀ ਉਚੇਚੇ ਤੌਰ ਤੇ ਕਬੱਡੀ ਦਾ ਆਨੰਦ ਮਾਣ ਰਹੇ ਹੈ। ਔਰ ਲੋਪੋ ਕੇ ਵਾਲਾ ਮੇਰੇ ਵੀਰੋ ਮਾਝੇ ਵਾਲਾ ਕਬੱਡੀ ਪਾ ਰਿਹਾ, ਇਹ ਨੌਜਵਾਨ ਨਿਰਮਲ ਹੈ ਲੋਪੋ ਕੇ ਪਿੰਡ ਵਾਲਾ, ਅਟਾਰੀ ਬਾਰਡਰ ਦੇ ਲਾਗੇ ਕਰਕੇ ਮੇਰੇ ਵੀਰੋ ਦਾ ਨਗਰਾ ਹੈ। ਪਰ ਸ਼ੀਲੂ ਹਰਿਆਣੇ ਵਾਲਾ ਜਿਹਦਾ ਦੌਰ ਚੱਲਦਾ, ਉਹ ਮੁੰਡਾ ਢਾ ਢਾ ਕੇ ਹਿੱਕ ਦੇ ਬਹਿੰਦਾ, ਇਹਨੇ ਭੁਲੱਥਾਂ ਤੋਂ ਹਾਰ ਲੈ ਜਿੱਤਿਆ, ਇਹ ਕਹਿੰਦੇ ਨੌਜਵਾਨ ਅੱਜ ਦੇ ਦੌਰ ਦੇ ਵਿੱਚ ਛਾਇਆ ਹੋਇਆ ਹੈ, ਤਾਂ ਹੀ ਤੇ ਆਇਆ ਹੋਇਆ ਇਹਦਾ ਦੌਰ ਚੱਲਦਾ। ਪਰ ਜਿਨ੍ਹਾਂ ਨੇ ਦੌਰ ਚਲਾਏ ਹੁੰਦੇ ਆ ਉਹਨਾਂ ਦੇ ਦੌਰ ਨਹੀਂ ਜਾਂਦੇ, ਜਿਨ੍ਹਾਂ ਨੇ ਦੌਰ ਚਲਾਏ ਹੁੰਦੇ ਆ ਉਹਨਾਂ ਦੇ ਦੌਰ ਨਹੀਂ ਜਾਂਦੇ। ਨਾਈਜ਼ਰ ਕਹਿੰਦੇ ਗੁਰਵਿੰਦਰ ਘਾਂਗੇ ਵਾਲਾ, ਇਹ ਕਹਿੰਦੇ ਉਸ ਇਲਾਕੇ ਦਾ ਪਹਿਲਾ ਇੰਟਰਨੈਸ਼ਨਲ ਪਲੇਅਰ ਹੋਇਆ, ਇਹ ਵੀ ਮਾਣ ਵਾਲੀ ਗੱਲ ਹੈ। ਜਲਾਲਾਬਾਦ ਫਾਜ਼ਿਲਕਾ, ਇਹਦੇ ਤੋਂ ਪਹਿਲਾਂ ਇਹਦਾ ਦਾਦਾ ਵਾ ਉਹ ਤਗੜੀ ਕਬੱਡੀ ਖੇਡਿਆ, ਇਹ ਭਾਗਾਂ ਵਾਲੇ ਜਿਹਨਾਂ ਨੂੰ ਕਬੱਡੀ ਘਰੋਂ ਮਿਲ ਜਾਂਦੀ ਹੈ, ਕਬੱਡੀ ਵਿਰਸੇ ਦੇ ਵਿੱਚੋਂ ਮਿਲ ਜਾਂਦੀ ਹੈ। ਔਰ ਦਿਲੋਂ ਦਵਾਵਾਂ ਨੇ ਕਿ ਜਮ ਜਮ ਕਰੋ ਤਰੱਕੀਆਂ, ਤੁਹਾਡੇ ਲਈ ਸਦਾ ਦਵਾਵਾਂ ਨੇ। ਔਰ ਨਾਈਜ਼ਰ ਕਹਿੰਦੇ ਇਸ ਵੇਲੇ ਪਿੰਨੀ ਹੈ, ਇਹ ਕਹਿੰਦੇ ਜ਼ਿਲ੍ਹੇ ਜਲੰਧਰ ਦੇ ਵਿੱਚੋਂ ਚੱਲ ਕੇ ਆਇਆ ਹੈ, ਇਹਦਾ ਕਹਿੰਦੇ ਨੌਜਵਾਨ ਦਾ ਬਿਆਸ ਦੇ ਨੇੜੇ, ਇਹਦਾ ਕਹਿੰਦੇ ਰਈਏ ਦੇ ਨੇੜੇ, ਇਹਦਾ ਬੂੜੇ ਮੰਗਲ ਪਿੰਡ ਹੈ। ਜਦੋਂ ਜਲੰਧਰ ਪਾਸੋਂ ਅੰਮ੍ਰਿਤਸਰ ਨੂੰ ਜਾਂਦੇ ਆ ਤੇ ਖੱਬੇ ਪਾਸੇ ਬੋਰਡ ਲੱਗਾ ਹੋਇਆ, ਤੇ ਜਦੋਂ ਅੰਮ੍ਰਿਤਸਰ ਤੋਂ ਜਲੰਧਰ ਵਾਲੇ ਪਾਸੇ ਨੂੰ ਜਾਂਦੇ ਆ ਤੇ ਫਿਰ ਤੁਹਾਡੇ ਸੱਜੇ ਪਾਸੇ ਬੋਰਡ ਜਿਹੜਾ ਬੂੜੇ ਮੰਗਲ ਦਾ ਲੱਗਾ ਹੋਇਆ, ਇਹ ਰਈਏ ਦੇ ਇਲਾਕੇ ਦਾ ਨੌਜਵਾਨ ਹੈ। ਆ ਟਿੱਬੇ ਵਾਲਾ ਫਿਰ ਆ ਟਿੱਬੇ ਵਾਲਾ ਬੰਟੀ ਕਬੱਡੀ ਪਾ ਰਿਹਾ, ਇਹ ਮੇਰੇ ਵੀਰੋ ਸੁਲਤਾਨਪੁਰ ਲੋਧੀ ਦਾ ਇਲਾਕਾ ਹੈ। ਆਓ ਸਾਹਮਣੇ ਬਾਬੇ ਨਾਨਕ ਦੇ ਚਰਨ ਮੁਬਾਰਕ ਧਰਤੀ ਹੈ, ਆਓ ਸਿੰਘ ਸਰਦਾਰ ਮੇਰੇ ਪੰਜਾਬੀ ਵੀਰੋ ਗੁਰਵਿੰਦਰ ਘਾਂਗੇ ਵਾਲੇ ਨੇ ਕੋਸ਼ਿਸ਼ ਕੀਤੀ ਹੈ
ਪਰ ਦੀਪ ਦਬੋਰਜੀ ਵਾਲਾ ਰੇਡ ਪਾਉਣ ਲਈ ਵਧਿਆ ਹੋਇਆ ਹੈ। ਪਿੰਡਾ ਖਹਿਰਾ ਅਰਸ਼ ਖੱਖ ਔਰ ਖੱਖ ਪ੍ਰੋਡਕਸ਼ਨ ਦਾ ਬਹੁਤ ਵੱਡਾ ਨਾਮ ਹੈ। ਰਿੱਕੀ ਰਟਾਲ ਦਾ ਫੋਨ ਆਇਆ ਵੀ ਮੈਂ ਕੱਲ੍ਹ ਤੱਕ ਪੁੱਜ ਜਾਵਾਂਗਾ, ਪਰ ਨੰਬਰ ਕਹਿੰਦੇ ਦੀਪ ਨੇ ਜ਼ੋਰ ਦਿੱਤਾ ਹੈ। ਅਗਲੀ ਕਬੱਡੀ ਦੋਵੇਂ ਰੇਡਾਂ ਡੈਨੀ ਸੋਰ ਹੁਣੇ ਪੁੱਜੇ ਹੋਏ ਹੈ। ਸਾਹਮਣੇ ਰਵੀ ਕਬੱਡੀ ਨੌਜਵਾਨ ਪਾਉਣ ਲਈ ਦਿਹਾੜੇ ਵਾਲਾ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ। ਆਹ ਸਾਹਮਣੇ ਵਾਹ ਸੂਰਮੇ ਹੈ, ਇੱਕ ਪਾਸੇ ਕਹਿੰਦੇ ਨੰਬਰ ਰਵੀ ਦਿਆਵਰੇ ਵਾਲੇ ਨੇ ਆਪਣੀ ਟੀਮ ਦੇ ਲਈ ਜ਼ੋਰ ਦਿੱਤਾ ਹੈ ਕਿ ਨੰਗੇ ਪਿੰਡੇ ਚੜੀ ਜਵਾਨੀ ਦੁਨੀਆ ਸਾਰੀ ਮੰਨੇ, ਹੱਟ ਕਬੱਡੀ ਬੰਨੇ ਹੈ, ਹੱਟ ਕਬੱਡੀ ਬੰਨੇ। ਇਹ ਕਹਿੰਦੇ ਨੌਜਵਾਨ ਭੂਰੀ ਨੇ ਪਸੀਨਾ ਪੂੰਝਿਆ, ਆਹ ਮੇਰੇ ਪੰਜਾਬੀ ਵੀਰੇ ਬਾਹਾਂ ਖਿਲਾ ਰਹੀਆਂ ਹੈ। ਅਗਲੇ ਪਾਸੇ ਸ਼ੀਲੂ ਹਰਿਆਣੇ ਵਾਲਾ ਜਿਹਦਾ ਦੌਰ ਚੱਲ ਰਿਹਾ, ਪਰ ਭੂਰੀ ਦੀ ਵੀ ਪੂਰੀ ਫੁੱਲ ਚੜਾਈ ਹੈ। ਬੂਲੇ ਨੰਗਲ ਵਾਲਾ ਹੈ, ਆਹ ਮਾਝੇ ਵਾਲਾ ਆ ਗਿਆ ਵਿੱਚ ਮੈਦਾਨ ਦੇ ਪੇਚਾ, ਪਰ ਨੰਬਰ ਕਹਿੰਦੇ ਨੰਬਰ ਧਾਵੀ ਦਾ ਹੈ, ਨੰਬਰ ਜਿਹੜਾ ਇਹ ਭੂਰੀ ਬੂਲੇ ਨੰਗਲ ਵਾਲੇ ਨੇ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਦੇ ਲਈ ਜ਼ੋਰ ਦਿੱਤਾ ਹੈ। ਆਹ ਕਹਿੰਦੇ ਪਿੰਨੀ ਪਤਾਰੇ ਵਾਲਾ ਕਬੱਡੀ ਪਾ ਰਿਹਾ, ਰੈਂਟੂ ਦਾ ਪੇਂਡੂ ਹੈ, ਰੈਂਟੂ ਦਾ ਕਹਿੰਦੇ ਵੀਰ ਸਾਹਮਣੇ ਦੇਖ ਬੜਿਆ ਕੀ ਪਿਆ, ਆਹ ਨੌਜਵਾਨ ਕਹਿੰਦੇ ਐਲ ਪੀ ਯੂ ਦੇ ਨੇੜੇ ਆਇਆ ਹੈ, ਐਲ ਪੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਨੇੜੇ ਕਹਿੰਦੇ, ਆਹ ਗੁਰਦੀਪ ਮਾਧੋਪੁਰੀਆ ਉਧਰ ਕਹਿੰਦੇ ਹੈਪੀ ਖਡੂਰ ਸਾਹਿਬ ਵੱਡਾ ਵੀਰ, ਨਾਲ ਕਹਿੰਦੇ ਬਿੱਲਾ ਖਡੂਰ ਸਾਹਿਬ ਤੇ ਸੁੱਖਾ ਖਡੂਰ ਸਾਹਿਬ, ਉਹ ਦਵਾਵਾਂ ਨੇ ਕਿਹਦੇ ਵੀਰਾਂ ਦੇ ਲਈ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ। ਆ ਮੈਚ ਤੋਂ ਬਾਅਦ ਇੱਕ ਵੱਡੀ ਕੁਸ਼ਤੀ ਹੋਣੀ ਹੈ, ਕਿਉਂਕਿ ਜੱਸਾ ਭਲਵਾਨ ਪੱਟੀ ਵਾਲਾ ਕਹਿੰਦੇ ਆਇਆ ਵੱਡੇ ਮੱਲਾਂ ਦੇ, ਇੱਕ ਵੱਡੀ ਕੁਸ਼ਤੀ ਹੋਣੀ ਹੈ, ਬੈਠੇ ਰਹੋ ਤਸੱਲੀ ਹੋਊਗੀ, ਤਸੱਲੀ ਹੋਵੇਗੀ। ਆ ਹਾਫ ਸਮਾਂ ਹੋਇਆ ਹੈ, ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਦੇ ਨੰਬਰ ਆ ਜੀ 13 ਅਤੇ ਸਿਰਨੀ ਕਬੱਡੀ ਕਲੱਬ ਦੇ ਨੰਬਰ ਹੈ 17.5। ਜਦੋਂ ਆਪਾਂ ਪਹਿਲਾ ਮੈਚ ਬੋਲਿਆ ਉਹਦੇ ਵੀ ਪਹਿਲੇ ਹਾਫ ਦੇ ਇੰਨੇ ਸਕੋਰ ਸੀਗੇ 13 ਅਤੇ 17.5, ਅਤੇ ਆਹ ਪਹਿਲਾ ਸੈਮੀਫਾਈਨਲ ਖੇਡਿਆ ਜਾ ਰਿਹਾ ਹੈ, ਇਹਦੇ ਵੀ ਪਹਿਲੇ ਹਾਫ ਦੇ ਨੰਬਰ ਹੈ। ਐਮੀ ਅਫਗਾਨੀ ਅਤੇ ਗਿੰਦਾ ਗੁੱਜਰ ਦੋਨੋਂ ਵੱਡੇ ਭਲਵਾਨ ਨੇ, ਉਹ ਵੀ ਤਿਆਰ ਪਰ ਤਿਆਰ ਰਹਿਣਗੇ। ਜੱਸਾ ਪੱਟੀ ਉਹ ਵੀ ਸਾਡਾ ਵੀਰ ਪੁੱਜਿਆ ਹੋਇਆ ਹੈ, ਔਰ ਜਿਸ ਨੇ ਸਿੱਖੀ ਸੁਰੂ ਦੇ ਵਿੱਚ ਮੇਰੇ ਵੀਰੋ ਕੁਸ਼ਤੀ ਦੇ ਜਿੱਦਾਂ ਕਹਿ ਲਈਏ ਵੀ ਦੰਗਲ ਦੇ ਵਿੱਚ ਬਹੁਤ ਵੱਡਾ ਨਾਮ ਬਣਾਇਆ ਹੈ, ਔਰ ਉਸ ਵੀਰ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਾਂ। ਉਹ ਵੀ ਆਸਟ੍ਰੇਲੀਆ ਦੀ ਧਰਤੀ 'ਤੇ ਪੁੱਜਿਆ ਹੋਇਆ ਹੈ। ਜੱਸੇ ਪੱਟੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਹੈ। ਪਹਿਲਾ ਹਾਫ ਖੇਡਿਆ ਗਿਆ ਹੈ, ਸਿਰਨੀ ਕਬੱਡੀ ਕਲੱਬ ਦੇ ਨੰਬਰ ਨੇ 17.5 ਅਤੇ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਦੇ ਨੰਬਰ ਆ ਜੀ 13। ਕੁਝ ਜੱਫਿਆਂ ਦੀ ਗੱਲ ਹੈ, ਜੇ ਦੋ ਜੱਫੇ ਲਾ ਕੇ ਦੋ ਰੇਡਾਂ ਭੱਜ ਗਏ ਤਾਂ ਸਕੋਰ ਬਰਾਬਰੀ 'ਤੇ ਆ ਜਾਣੇ ਹੈ, ਕਿ ਰੇਡਾਂ ਭਾਵੇਂ ਲੱਖ ਪੈਂਦੀਆਂ ਪਰ ਗੱਲ ਜੱਫਿਆਂ 'ਤੇ ਮੁੱਕਣੀ ਹੈ। ਮੇਰੇ ਵੀਰੋ ਗੱਲ ਜੱਫਿਆਂ ਦੀ ਹੈ, ਔਰ ਰੇਡਾਂ ਪੈ ਰਹੀਆਂ, ਔਰ ਟੀਮਾਂ ਦੀਆਂ ਸਾਈਡਾਂ ਚੇਂਜ ਹੋ ਗਈਆਂ। ਸਿਰਨੀ ਕਬੱਡੀ ਕਲੱਬ ਜਿਹੜੀ ਹੈ ਇਹ ਸਟੇਜ ਦੇ ਸੱਜੇ ਹੱਥ ਆ ਗਈ ਹੈ, ਔਰ ਖੱਬੇ ਹੱਥ ਬਾਬਾ ਬੰਦਾ ਸਿੰਘ ਬਹਾਦਰ ਦੀ ਟੀਮ ਆ ਗਈ ਹੈ। ਲੈ ਵੀ ਅਰਸ਼ ਔਰ ਦੀਪ ਦਬੋਰਜੀ ਵਾਲਾ ਹੈ, ਔਰ ਜਿਹਨੇ 11 ਟਰੈਕਟਰ ਜਿੱਤੇ ਹੈ, ਪਰ ਹਜੇ ਕੋਈ ਫੈਸਲਾ ਹੈ ਵੀ ਨੰਬਰ ਕਿਹੜੇ ਪਾਸੇ ਹੈ, ਨੰਬਰ ਦੀਪ ਦਬੋਰਜੀ ਨੂੰ ਦਿੱਤਾ ਗਿਆ ਹੈ। ਪਰ ਕਹਿੰਦੇ ਬੰਟੀ ਨੌਜਵਾਨ ਟਿੱਬੇ ਵਾਲਾ ਕਬੱਡੀ ਪਾ ਰਿਹਾ ਹੈ, ਮੈਨੂੰ ਕਲੇਰ ਹੋਣੇ ਵੀ ਕਹਿੰਦੇ ਖੇਡ ਕਲੱਬ ਸੁਰਿੰਦਰ ਖਹਿਰਾ ਨਾਲ ਪ੍ਰਭ ਰੰਧਾਵਾ ਮੇਵਾਲ ਪਿੰਡ ਹੈ।
ਔਰ ਉੱਥੇ ਕਹਿੰਦੇ ਪਾਲ ਜੀ ਸਾਡੇ ਢਿੱਲਵਾਂ ਵਾਲੇ ਸਾਡੇ ਢਿੱਲੋ ਸਾਹਿਬ ਮਨਪ੍ਰੀਤ ਗਰੇਵਾਲ ਉਹਨਾਂ ਦੀ ਕਹਿੰਦੇ ਇੱਕ ਵੱਡੀ ਖੇਡ ਕਲੱਬ ਹੈ ਆ ਸ਼ੀਲੂ ਅਬ ਸੰਤਸੋ ਹੈ ਸ਼ੀਲੂ ਨੇ ਵੇਖੋ ਗੱਡਾ ਡੰਗਾ ਤੇ ਕਰ ਦਿੱਤਾ ਹੈ ਆ ਦੋ ਬੱਬਰ ਸ਼ੇਰ ਭਿੜੇ ਆ ਇੱਕ ਨਿਰਮਲ ਲੋਪੋ ਕੇ ਵਾਲਾ ਹੈ ਦਰਸ਼ਕਾਂ ਨੇ ਚੀਕਾਂ ਤਾੜੀਆਂ ਮਾਰੀਆਂ ਵੀ ਨੰਬਰ ਜਿਹੜਾ ਇਹ ਸ਼ੀਲੂ ਨੇ ਜੋੜ ਦਿੱਤਾ ਰਵੀ ਦਿਓਰੇ ਵਾਲਾ ਕਬੱਡੀ ਪਾ ਰਿਹਾ ਹੈ ਕਿ ਲਾਉਂਦੇ ਨਹੀਂ ਉਹ ਬਾਜੀਆਂ ਗਿੱਦੜਾਂ ਦੀ ਹੋੜ ਤੇ ਮਿੱਤਰਾਂ ਨੂੰ ਚਸਕਿਆ ਸਾਨਾ ਵਾਲੇ ਭੇੜ ਤੇ ਆਹ ਸਾਨਾ ਦਾ ਭੇੜ ਇਹ ਅਰਸ਼ ਹੈ ਚੋਲਾ ਸਾਹਿਬ ਦੀ ਧਰਤੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨ ਮੁਬਾਰਕ ਧਰਤੀ ਹੈ ਨੰਬਰ ਕਹਿੰਦੇ ਚੋਲਾ ਸਾਹਿਬ ਦੀ ਅਰਸ਼ ਦਾ ਮੇਰੇ ਮਿੱਤਰੋ ਔਰ ਬਾਬੇ ਕਪੂਰ ਸਿੰਘ ਦੇ ਪੋਤੇ ਨੇ ਇੱਕ ਤਕੜਾ ਨੰਬਰ ਜੋੜ ਦਿੱਤਾ ਇਧਰ ਕਹਿੰਦੇ ਕਬੱਡੀ ਆਸਟ੍ਰੇਲੀਆ ਦਾ ਕਬੱਡੀ ਜੰਕਸ਼ਨ ਦਾ ਗੱਡਵਾ ਧੰਨਵਾਦ ਹੈ ਵੱਡੀਆਂ ਵੈਬਸਾਈਟਾਂ ਵੱਡੇ ਮੇਲੇ ਨੂੰ ਲਾਈਵ ਕਰ ਰਹੀ ਹੈ ਓਂਕਾਰ ਕਹਿੰਦੇ ਵੱਡਾ ਭਰਾ ਗੱਲਾਂ ਕਰਦਾ ਹਟਿਆ ਵੀ ਬਹੁਤ ਵੱਡਾ ਮੇਲਾ ਸੱਚੀ ਵੱਡਾ ਮੇਲਾ ਹੈ ਗੁਰੂ ਘਰ ਦੀ ਗੱਲ ਕਿਵੇਂ ਵੱਖਰੀ ਆ ਜਿਹੜੇ ਨੀਵੇਂ ਹੋ ਕੇ ਆਉਂਦੇ ਉਹ ਬਹੁਤ ਕੁਝ ਲੈ ਜਾਂਦੇ ਆ ਜਿਹੜੇ ਨੀਵੇਂ ਹੋ ਕੇ ਆਉਂਦੇ ਉਹ ਬਹੁਤ ਕੁਝ ਲੈ ਜਾਂਦੇ ਆ ਕਿਉਂਕਿ ਗੁਰੂ ਘਰ ਤੇ ਘਾਟਾ ਹੀ ਕੋਈ ਨਹੀਂ ਉਹਦੇ ਵਿੱਚ ਕਸੂਰ ਨਾ ਕੱਢਿਆ ਕਰੋ ਸਾਨੂੰ ਉਹ ਨਹੀਂ ਮਿਲਿਆ ਸਾਨੂੰ ਉਹ ਨਹੀਂ ਮਿਲਿਆ ਸਾਨੂੰ ਖੁਦ ਨੂੰ ਮੰਗਣਾ ਆਉਣਾ ਚਾਹੀਦਾ ਉਹਦੇ ਘਰੇ ਤੇ ਘਾਟਾ ਹੀ ਕੋਈ ਨਹੀਂ ਪਰ ਮਾਝੇ ਵਾਲਿਓ ਉਹ ਬੀਬੀ ਖਲੜਾ ਵਾਲੀ ਨਾ ਕਰੋ ਤੁਹਾਨੂੰ ਭਾਈ ਸਾਹਿਬ ਮਿਲੇ ਆ ਸਾਹਮਣੇ ਉਹ ਤੁਹਾਨੂੰ ਭਾਈ ਸਾਹਿਬ ਮਿਲਿਆ ਸਾਂਭ ਲਿਓ ਬੀਬੀ ਖਾਲੜਾ ਵਾਲੀ ਨਾ ਕਰੋ ਆਹ ਸਾਹਮਣੇ ਮੇਰੇ ਵੀਰੋ ਸਾਹਮਣੇ ਆਹ ਸਾਹਮਣੇ ਇੱਕ ਪਾਸੇ ਆਹ ਭੂਰੀ ਤੇ ਦੂਸਰੇ ਪਾਸੇ ਮੈਨੂੰ ਲੱਗਦਾ ਵੀ ਗੱਲ ਕਸੂਤੀ ਹੈ ਵਾਹਿਗੁਰੂ ਵਾਹਿਗੁਰੂ ਹਰ ਸਾਹ ਦੇ ਨਾਲ ਸਿੰਘਾ ਬੋਲ ਵਾਹਿਗੁਰੂ ਇਹ ਵਾਹਿਗੁਰੂ ਸੀਚੇ ਵਾਲੀ ਹੈ ਆਹ ਮੇਰੇ ਪੰਜਾਬੀ ਵੀਰੋ ਇਹ ਵੀ ਲੋਹੀਆਂ ਦੇ ਇਲਾਕੇ ਦਾ ਜਿਵੇਂ ਉਂਗਲ ਖੜੀ ਕੀਤੀ ਹੈ ਨੌਜਵਾਨ ਨੇ ਵਾਹੋ ਗੱਭਰੂ ਹੈ ਵਾਹੋ ਗੱਭਰੂ ਹੈ ਜਿਵੇਂ ਇੱਕ ਸੰਧੂ ਹੁੰਦਾ ਸੀ ਦੇ ਵਿੱਚ ਗਿੱਪੀ ਗਰੇਵਾਲ ਕਹਿੰਦਾ ਹੁੰਦਾ ਵੀ ਜੇ ਸਮੁੰਦਰ ਦੇ ਵਿੱਚ ਤੂਫਾਨ ਨਾ ਆਵੇ ਤੇ ਲੋਕੀ ਪਿੰਡਾਂ ਵਾਲਾ ਛੱਪੜ ਹੀ ਸਮਝਣ ਲੱਗ ਜਾਂਦੇ ਹੈ ਜੇ ਸਮੁੰਦਰ ਦੇ ਵਿੱਚ ਤੂਫਾਨ ਨਾ ਆਵੇ ਤੇ ਲੋਕੀ ਛੱਪੜ ਹੀ ਸਮਝਣ ਲੱਗ ਜਾਂਦੇ ਹੈ ਇਹ ਸਮੁੰਦਰ ਦੇ ਵਿੱਚ ਤੂਫਾਨ ਦਾ ਆਉਣਾ ਵੀ ਜ਼ਰੂਰੀ ਹੈ ਕਿਉਂਕਿ ਵਾਹਿਗੁਰੂ ਨੇ ਕਹਿੰਦੇ ਉਂਗਲ ਖੜੀ ਕੀਤੀ ਹੈ ਆਹ ਦੀਪ ਹੈ ਕਹਿੰਦੇ ਦਮੁਰਜੀ ਵਾਲਾ ਮੇਰੇ ਮਿੱਤਰੋ ਤੇ ਦੂਜੇ ਪਾਸੇ ਫੌਜੀ ਹੈ ਇਹ ਕਹਿੰਦੇ ਸ਼ੀਹੋ ਬਾਜਰੇ ਵਾਲਾ ਉਹ ਪੱਲੇ 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 ਟੱਕਰ ਸਿਰੇ ਦੀ ਹੈ ਚੱਲੇ ਸੀ ਭਗਤੇ ਦੇ ਟੋਕੇ ਵਾਂਗੂ ਪਰ ਨੰਬਰ ਧਾਵੀ ਦੇ ਹਿੱਸੇ ਹੈ ਤੇਜੀ ਰਹੀਮਪੁਰ ਵਾਲਾ ਸਾਡਾ ਵੀਰ ਵੀ ਪੁੱਜਿਆ ਹੋਇਆ ਹੈ ਵੀ ਤੇਜੀ ਸਿਆ ਇੱਕ ਤੇਜੀ ਨਿਜ਼ਾਮੀਪੁਰੀ ਬੜਾ ਤਕੜਾ ਰੇਡਰ ਰਿਹਾ ਆਹ ਵੇਖ ਜਰਾ ਰੇਡ ਪਈ ਹੋਈ ਹੈ ਕੀ ਫੈਸਲੇ ਹੈ ਉਂਗਲ ਤੇ ਖੜੀ ਹੋਈ ਹੈ ਔਰ ਨੰਬਰ ਜਾਫੀਆਂ ਦਾ ਨੰਬਰ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਦੇ ਹਿੱਸੇ ਹੈ ਆਹ ਮੱਖਣ ਆ ਗਿਆ ਮੱਖਣ ਮੇਰੇ ਵੀਰੋ ਮੱਖੀ ਕਲਾਂ ਵਾਲਾ ਔਰ ਰੇਡ ਪਾ ਰਿਹਾ ਕੀ ਫੈਸਲੇ ਹੈ ਨੰਬਰ ਕਿਹਦੇ ਪਾਸੇ ਫੈਸਲੇ ਫੈਸਲੇ ਜੇ ਤੂੰ ਫੈਸਲੇ ਹੀ ਫੈਸਲੇ ਵਧਾਉਣ ਵਾਲੇ ਕੀਤੇ ਤੇਰੇ ਤੋਂ ਕਰੀਬ ਮੇਰੇ ਹੋਰ ਕੌਣ ਸੀ ਫੈਸਲੇ ਕੀ ਨੇ ਅਗਲੇ ਮੈਚਾਂ ਲਈ ਬ੍ਰਿਮ ਬੈਂਕ ਤੇ ਨਾਲ ਕਹਿੰਦੇ ਜਰਨੈਲ ਹਰੀ ਸਿੰਘ ਜੀ ਨਲੂਆ ਕਬੱਡੀ ਕਲੱਬ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਦੋਨੇ ਟੀਮਾਂ ਨੂੰ ਬੇਨਤੀ ਹੈ ਲੱਕੀ ਸ਼ੀਨਾ ਕਹਿੰਦੇ ਵਿਸ਼ੇਸ਼ ਤੌਰ ਤੇ ਇੰਡੀਆ ਤੋਂ ਸੱਦਿਆ ਗਿਆ ਕਿਉਂਕਿ ਡਿਮਾਂਡ ਸੀ ਪਰ ਇਹ ਕਹਿੰਦੇ ਘੰਗ ਵਾਲਾ ਸਿੰਘ ਨੇ ਸਿਰਾ ਲਾ ਦਿੱਤਾ ਹੈ ਕਿ ਸਿੰਘ ਮਾਰਦੇ ਠੋਕਰ ਤਖਤਾ ਤਾਜਾ ਨੂੰ ਕਿ ਗਜਨੀ ਉਹ ਹਿੰਦ ਦੀ ਇੱਜ਼ਤ ਲਿਆਏ ਉਹ ਦਿੱਲੀ ਵੀ ਜਿੱਤ ਕੇ ਛਡਾਏ ਉਹੀ ਦਿੱਲੀ ਨੱਪਦੀ ਅੱਜ ਕੱਲ ਰਾਜਾਂ ਨੂੰ ਸਿੰਘ ਮਾਰਦੇ ਠੋਕਰ ਤਖਤਾ ਤਾਜਾ ਨੂੰ ਪਰ ਸਾਹਮਣੇ ਸ਼ੀਲੂ ਹਰਿਆਣੇ ਵਾਲਾ ਆਹ ਇੱਕ ਪਾਸੇ ਨਿਰਮਲ ਫੜਿਆ ਗੁੱਟ
ਪਰ ਨੰਬਰ ਨਿਰਮਲ ਨੇ ਜੋੜ ਦਿੱਤਾ ਹੈ। ਨੰਬਰ ਕਹਿੰਦੇ ਲੋਪੋਕੇ ਵਾਲੇ ਨੇ ਆਪਣੀ ਟੀਮ ਲਈ ਜੋੜ ਦਿੱਤੇ। ਗੱਲ ਪੱਕੀ ਹੈ ਬਸੰਤ ਸਿੰਘ ਵਾਲਿਆ, ਸਾਊਂਡ ਥੋੜਾ ਸੈਟਿੰਗ ਕਰ ਦਿਓ। ਮੇਲਾ ਬੜਾ ਤਗੜਾ ਹੈ, ਅਮਰੀਕ ਕਰੀਮ ਖੇਡ ਰਹੀ ਹੈ, ਪੂਰੀ ਕਰੀਮ ਖੇਡ ਰਹੀ ਹੈ। ਔਰ ਕਬੱਡੀ ਫੈਡਰੇਸ਼ਨ ਆਫ ਆਸਟ੍ਰੇਲੀਆ ਦੇ ਬੈਨਰ ਹੇਠ ਝੋਟੀ ਦੇ ਮੱਲ ਅਰਸ਼ ਚੋਲੇ ਵਾਲਾ ਤੇ ਬਾਂਟੀ ਟਿੱਬੇ ਵਾਲਾ, ਆ ਪਲੇਅਰਾਂ ਪਿੱਛੇ ਲੱਖਾਂ ਰੁਪਈਆ ਮੇਰੇ ਵੀਰੇ ਲੋਕ ਚੱਕੀ ਫਿਰਦੇ ਹੈ। ਪਰ ਕਬੱਡੀ ਫੈਡਰੇਸ਼ਨ ਆਫ ਆਸਟ੍ਰੇਲੀਆ ਨੇ ਪੂਰੀ ਕਰੀਮ ਖੜਾਈ ਹੋਈ ਹੈ, ਕੁਝ ਪਲੇਅਰਾਂ ਨੇ ਫਿਰ ਪੁੱਜ ਜਾਣਾ ਹੈ। ਆ ਦੀਪ ਤਬੋਰਜੀ ਵਾਲਾ, ਮੈਂ ਪਹਿਲਾਂ ਦੱਸਿਆ ਵੀ 11 ਟਰੈਕਟਰ ਜਿੱਤ ਚੁੱਕਿਆ, ਵਾਹਿਗੁਰੂ ਸਿੱਚੇ ਵਾਲੀ ਹੈ, ਫੌਜੀ ਹੈ, ਪਰ ਕਹਿੰਦੇ ਗੁਲਜ਼ਾਰੀ ਸੁਨਣਾ ਵਾਲਾ। ਪਰ ਨੰਬਰ ਦੀਪ ਤਬੋਰਜੀ ਵਾਲੇ ਨੇ ਆਪਣੀ ਟੀਮ ਦੇ ਲਈ ਜ਼ੋਰ ਦਿੱਤਾ ਹੈ ਕਿ ਥੋੜ੍ਹੀ ਦੇਰ ਦੀ ਖਮੋਸ਼ੀ ਏ, ਫਿਰ ਸ਼ੋਰ ਹੋਵੇਗਾ, ਤੁਹਾਡਾ ਸਿਰਫ ਵਕਤ ਆਇਆ ਤੇ ਸਾਡਾ ਦੌਰ ਹੋਵੇਗਾ। ਅੱਜ ਦੌਰ ਹੈ ਇਹਨਾਂ ਪਲੇਅਰਾਂ ਦਾ, ਰਵੀ ਦਿਓਰੇ ਦਾ, ਆਓ ਕਹਿੰਦੇ ਕੀ ਡਬਲ ਟੱਚ ਹੈ। ਸਿੰਘ ਸਰਦਾਰ ਮੇਰੇ ਵੀਰੋ ਕੋਸ਼ਿਸ਼ ਕਰ ਰਿਹਾ, ਗੁਰਿੰਦਰ ਜਗਮੋਹਨ ਸਿੰਘ ਮੱਖੀ ਕਲਾਂ ਵਾਲਾ ਕਬੱਡੀ ਪਾ ਰਿਹਾ ਹੈ। ਬਿਕਰਮਜੀਤ ਸਿੰਘ ਸੰਧੂ ਨੇ ਕਹਿੰਦੇ ਤਿੰਨ ਪੋਤਾ, ਇਹ ਤਿੰਨ ਭਰਾ ਮੱਖਣ ਹੋਣੀ, ਇੱਕ ਕਹਿੰਦੇ ਆਰਮੀ ਦੇ ਵਿੱਚ ਵੱਡਾ ਅਫਸਰ ਹੈ, ਇੱਕ ਕਹਿੰਦੇ ਵੱਡਾ ਡਾਕਟਰ ਹੈ, ਭੀਖੀ ਰੋਡ ਦੇ ਵਿੱਚ ਕਹਿੰਦੇ ਬਹੁਤ ਵੱਡਾ ਹੋਸਪਿਟਲ ਹੈ। ਤੇ ਮੱਖੀ ਕਲਾਂ ਵਾਲਾ ਮੱਖਣ ਕਹਿੰਦਾ ਰੱਬ ਨੇ ਮੇਰੀ ਕਿਸਮਤ ਦੇ ਵਿੱਚ ਚਪੇੜਾਂ ਲਿਖਤੀਆਂ ਤੇ ਮੈਂ ਕਬੱਡੀ ਵਾਲੇ ਪਾਸੇ ਆ ਗਿਆ। ਇਹ ਮੱਖੀ ਕਲਾਂ ਵਾਲਾ ਮੱਖਣ ਸੰਧੂ, ਕਿਉਂਕਿ ਘਰੋਂ ਵੀ ਕਹਿੰਦੇ ਖੁੱਲ ਹੈ, ਖੁੱਲੀ ਡੁੱਲੀ ਜਾਇਦਾਦ ਹੈ, ਕਿਰਪਾ ਕਹਿੰਦੇ ਪਰਮਾਤਮਾ ਦੀ, ਪਰ ਇੱਧਰ ਟਿੱਬੇ ਵਾਲਾ, ਟਿੱਬੇ ਵਾਲਾ ਕਹਿੰਦੇ ਫੜਿਆ ਗਿਆ। ਔਰ ਨੰਬਰ ਜਿਹੜਾ ਸਟਾਪਰ ਦੇ ਹਿੱਸੇ ਹੈ ਦੀਪ ਦਬੁਰਜੀ ਵਾਲਾ, ਔਰ ਇਹਦੀ ਛਾਤੀ ਦੇ ਉੱਤੇ ਵੇਖੋ ਭੱਬੂ ਬਣਾਇਆ ਹੋਇਆ ਹੈ, ਹੁਕਮ ਦਾ ਜੱਕਾ ਬਣਾਇਆ ਹੋਇਆ ਮੇਰੇ ਵੀਰੋ, ਆਓ ਹੁਕਮ ਦਾ ਜੱਕਾ ਆਓ ਸਾਹਮਣੇ। ਨੰਬਰ ਜਿਹੜਾ ਦੀਪ ਦਬੋਰਜੀ ਵਾਲੇ ਨੇ ਆਪਣੀ ਟੀਮ ਦੇ ਲਈ ਜ਼ੋਰ ਦਿੱਤਾ ਹੈ। ਸਰਦਾਰ ਅਜੀਤ ਸਿੰਘ ਜੀ ਵੀ ਮੇਰੇ ਵੀਰੋ ਬਿਰਾਜਮਾਨ ਨੇ, ਔਰ ਕੌਮ ਦੇ ਲਈ ਵੀ ਇਸ ਪਰਿਵਾਰ ਦਾ ਬਹੁਤ ਵੱਡੀ ਸ਼ਹਾਦਤ ਹੈ। ਭਾਈ ਗੁਰਦੇਵ ਸਿੰਘ ਦੇਬੂ ਪੜ ਕੇ ਦੇਖਿਓ, ਪਾਣੀ ਦੇ ਵਿੱਚ ਉਬਾਲ ਦਿੱਤਾ ਹੈ, ਭਾਈ ਦਿਆਲੇ ਦੇ ਵਾਰਸ ਮੇਰੇ ਵੀਰੋ ਕੌਮ ਨੇ ਐਲਾਨਿਆ। ਔਰ ਜੋ ਇਤਿਹਾਸ ਪੜੋਗੇ ਨਾ ਫਿਰ ਪਤਾ ਲੱਗੂਗਾ ਭਾਈ ਗੁਰਦੇਵ ਸਿੰਘ ਦੇਬੂ ਧੀਰਪੁਰ ਵਾਲੇ ਕੌਣ ਸਨ। ਆਓ ਸਾਹਮਣੇ ਕਹਿੰਦੇ ਦੀਪ ਦਬੁਰਜੀ ਵਾਲਾ ਨੌਜਵਾਨ, ਕੁਲਵਿੰਦਰ ਫੈਸਲਾ ਕਰਦਾ, ਮੰਨਣਾ ਪੈਣਾ ਇਹ ਪਿਆਰ ਦੀ ਖੇਡ ਹੈ ਕਿ ਦੋਵਾਂ ਸੱਜਣਾ ਚ ਥੋੜੀ ਬਹੁਤੀ ਵਿਗੜੇ, ਤੀਜਾ ਚੱਟ ਆਣ ਕੇ ਕੀ ਮੌਕਾ ਲੱਭ ਜੇ, ਜੀਵੀ ਜੀਵੀ ਲੱਗੀ ਆ ਉਹ ਜਾਗਦੇ ਰਹੋ, ਰਾਤਾਂ ਨੂੰ ਗਵਾਚੇ ਕਿੱਥੋਂ ਯਾਰ ਲੱਭਦੇ, ਉਹ ਜੀਵੀ ਜੀਵੀ ਲੱਗੀ ਆ ਉਹ ਜਾਗਦੇ ਰਹੋ। ਉਧਰ ਕਹਿੰਦੇ ਗੁਰਵਿੰਦਰ ਮੰਤਰੀ ਤੇ ਮੰਤਰੀ ਦਾ ਪਿਆਰ ਕਹਿੰਦੇ ਢਿੰਡਵਾਲ ਵਾਲੇ ਭਲਵਾਨ ਦੇ ਨਾਲ ਹੈ, ਤੇ ਭਲਵਾਨ ਦੀ ਯਾਰੀ ਤਪਿੰਦਰ ਦੇ ਨਾਲ ਹੈ, ਤੇ ਤਪਿੰਦਰ ਦੀ ਯਾਰੀ ਕਮਲ ਦੇ ਨਾਲ ਹੈ, ਤੇ ਕਮਲ ਦੀ ਯਾਰੀ ਕਹਿੰਦੇ ਸ਼ੈਲੀ ਸੇਖੋਂ ਦੇ ਨਾਲ ਹੈ। ਇਹ ਵੱਡੀਆਂ ਖੇਡ ਕਲੱਬਾਂ, ਇਹ ਲੱਖਾਂ ਲੱਖਾਂ ਡਾਲਰ ਬਜਟ ਹੈ, ਇਹ ਗੱਲਾਂ ਕਹਿਣੀਆਂ ਸੌਖੀਆਂ, ਪਰ ਕਹਿੰਦੇ ਟੀਮਾਂ ਬਣਦੀਆਂ ਕਿਵੇਂ ਆ ਇਹ ਮੁੰਡੇ ਜਾਣਦੇ ਆ। ਪਰ ਫਿਰ ਕਹਿੰਦੇ ਜ਼ੋਰ ਲੱਗਾ ਹੋਇਆ ਹੈ, ਉਹ ਵੀਰਿਆ ਪੰਜਾਬ ਮੋਟਰ ਵਾਲਾ ਸੁੱਖਾ ਕਹਿੰਦਾ ਵੀ $500 ਹੈ, $500 ਦਿੱਤਾ ਜਾਵੇਗਾ, ਕੋਈ 100 ਨਹੀਂ, ਕੋਈ 200 ਨਹੀਂ, ਕੋਈ 300 ਨਹੀਂ, ਕੋਈ 400 ਨਹੀਂ, $500 ਦਿੱਤਾ ਜਾਵੇਗਾ, ਪੂਰਾ $500 ਦਿੱਤਾ ਜਾਵੇਗਾ। ਮਾਧੋਪੁਰੀਆ ਗੁਰਦੀਪ ਟਰਾਈ ਕਰ ਰਿਹਾ, ਪਰ ਨੰਬਰ ਬਾਂਟੀ ਟਿੱਬੇ ਵਾਲੇ ਨੇ ਜ਼ੋਰ ਦਿੱਤਾ ਹੈ ਕਿ ਬੈਠ ਖੁੰਡਾਂ ਤੇ ਜਰਦੇ ਲਾਉਣੇ, ਆਦਤ ਛੱਡਦੇ ਗੱਪਾਂ ਦੀ, ਹੁਣ ਤੂੰ ਡੰਡ ਬੈਠਕਾਂ ਲਾ ਲੈ, ਕੌਡੀ ਹੋ ਗਈ ਲੱਖਾਂ ਦੀ। ਆ ਮੁੰਡਿਆਂ ਦੇ ਪਿੰਡ ਚ ਲੱਖਾਂ ਦੀ ਨਹੀਂ,
ਕਰੋੜਾਂ ਦੀ ਕਬੱਡੀ ਛੁਪੀ ਹੋਈ ਹੈ। ਦੀਪ ਦਬੋਰਜੀ ਵਾਲਾ ਇੱਕ ਤਗੜਾ ਨੰਬਰ ਜੋੜਦਾ ਹੋਇਆ, ਰਵੀ ਬਿਆਰੇ ਵਾਲਾ ਅਗਲੀ ਕਬੱਡੀ ਪਾਉਣ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਸਾਹਿਬ ਕੀਜਬਰੋ ਦੇ ਵੱਲੋਂ ਇਹ ਪਹਿਲਾਂ ਮੇਰੇ ਵੀਰੋ ਕਬੱਡੀ ਦਾ ਸ਼ਾਨਦਾਰ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ, ਜਿੱਥੇ ਸਾਰੇ ਕਰੀਮ ਹੀ ਖੇਡ ਰਹੀ ਹੈ, ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਖੇਡ ਰਹੇ ਹੈ। ਔਰ ਨਿਰਮਲ ਲੋਪੋਕੇ ਵਾਲਾ ਕਬੱਡੀ ਪਾ ਰਿਹਾ, ਟਾਰੀ ਬਾਰਡਰ ਦਾ ਇਲਾਕਾ ਹੈ, ਕੰਡਿਆਲੀ ਤਾਰ ਹੈ, ਇੱਕ ਪਾਸੇ ਉਹ ਲੋਕ ਹੈ ਜਿਹੜੇ ਕਹਿੰਦੇ ਅਸੀਂ ਹਰਿਮੰਦਰ ਸਾਹਿਬ ਦੇਖਣਾ, ਦੂਜੇ ਪਾਸੇ ਉਹ ਬੈਠੇ ਜਿਹੜੇ ਕਹਿੰਦੇ ਬਾਬੇ ਦੇ ਖੇਤ ਵੇਖਣੇ ਆ। ਇਹ ਪਰ ਕਹਿੰਦੇ ਜ਼ੋਰ ਤੇ ਲੱਗੂਗਾ ਤਬਾ ਲਓ ਸਾਹਮਣੇ ਨੰਬਰ ਧਾਵੀ ਦਾ ਸੁਲਤਾਨ ਸ਼ਮਸ਼ਪੁਰੀ ਹੈ। ਸੁਲਤਾਨ ਕਹਿੰਦਾ ਮੈਥੋਂ ਪਹਿਲਾਂ ਸੰਦੀਪ ਦਾ ਨਾਂ ਲੈਣਾ ਹੈ, ਵੀ ਸੰਦੀਪ ਸੁਲਤਾਨ ਮੈਦਾਨ ਦੇ ਵਿੱਚ ਆ ਗਿਆ ਹੈ। ਆਓ ਸਾਹਮਣੇ ਬੰਟੀ ਟਿੱਬੇ ਵਾਲਾ ਕਬੱਡੀ ਪਾ ਰਿਹਾ ਹੈ, ਚਾਰ ਜਾਫੀ ਤਿਆਰ ਹੈ। ਗੁਰਵਿੰਦਰਾ ਦੇਖ ਮੁੰਡੇ ਦੇ ਪਿੰਡ ਦੇ ਕਿੰਨੇ ਜਾਣ ਹੈ, ਹੁਣ ਪਤਾ ਲੱਗੂ। ਚੱਲ ਪਏ ਨੌਜਵਾਨ ਰੱਖਿਆ ਧੌਣ ਤੇ ਹੱਥ, ਸਿੰਘ ਨੇ ਇਹਦੇ ਮਾਰਿਆ ਕਰ, ਪਰ ਪੋਲੀਏ ਪੋਲੀਏ ਮਾਰਿਆ ਕਰ, ਇਹ ਖੇਡ ਪਿਆਰ ਦੀ ਤੂੰ ਤਾਂ ਸਿੱਟੀ ਆਏ ਜਿਵੇਂ ਸਟਾਰਟਰ ਲਾਉਂਦਾ ਫੜਿਆ ਹੁੰਦਾ ਹੈ, ਪਰ ਇਹ ਖੇਡ ਪਿਆਰਾਂ ਦੀ ਹੈ ਮੇਰੇ ਮਿੱਤਰੋ। ਪਰ ਇਹ ਕਬੱਡੀ ਆ, ਲੱਫੜੀ ਪੈਣੀ ਕਿਹੜਾ ਫੁੱਲ ਪੈਣੇ ਆ। ਆਓ ਸਾਹਮਣੇ ਉਹ ਦਬੁਰਜੀ ਵਾਲਿਆ, ਦਬੁਰਜੀ ਵਾਲਿਆ ਕਬੱਡੀ 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 ਨੰਬਰ ਦੀਪ ਦਬੁਰਜੀ ਵਾਲਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਆ ਮੌਜੂਆਣੇ ਕਹਿੰਦੇ ਰਵੀ ਪਿਓਰੇ ਵਾਲਾ, ਅੱਗੇ ਕਹਿੰਦੇ ਵੱਡੀ ਕੁਸ਼ਤੀ, ਉਧਰ ਬਲਵਿੰਦਰ ਸਿੰਘ ਜੀ ਚੱਠਾ ਜਿਹਨਾਂ ਦਾ ਕਹਿੰਦੇ ਢੰਡੇਵਾਲ ਪਿੰਡ ਹੈ, ਸ਼ਾਹਕੋਟ ਦੀ ਟੀਮ ਦੇ ਸਰਪ੍ਰਸਤ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ ਬਲਵਿੰਦਰ ਸਿੰਘ ਜੀ ਚੱਠਾ। ਨੰਬਰ ਕਹਿੰਦੇ ਇਸ ਵੇਲੇ ਰੇਡਰ ਦੇ ਹਿੱਸੇ ਪਿਆਰ ਨਾਲ ਕੀ ਫੈਸਲੇ ਹੈ, ਫੈਸਲਾ ਤੇ ਕਰਨ ਹੀ ਨਹੀਂ ਦਿੰਦੇ ਨਾ। ਅੱਛਾ ਜੀ, ਆਹ ਥਿੰਦ ਪ੍ਰਧਾਨ ਖੜੇ, ਨਾਲੇ ਮੈਂਬਰ ਅਤੇ ਕਮੇਟੀ, ਜੇ ਰੌਲਾ ਪੈ ਜਾਵੇ ਨਾਲੇ ਕਰਨ ਫੈਸਲਾ ਛੇਤੀ, ਫੈਸਲੇ ਛੇਤੀ ਹੋ ਜਾਣ। ਸਿੰਘ ਆਏ ਮੇਰੇ ਕੋਲ ਦੋ, ਕਹਿੰਦੇ ਵੀ ਆਪਾਂ ਜੱਸੇ ਪੱਟੀ ਦਾ ਸਨਮਾਨ ਕਰਨਾ ਹੈ, ਸਨਮਾਨ ਉਹ ਕਾਹਦੇ ਨਾਲ ਕਰਨਾ, ਸੰਤਾਂ ਦੀ ਤਸਵੀਰ ਦੇ ਨਾਲ ਕਰਨਾ, ਕਿ ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ। ਮੇਰੇ ਵੀਰੋ ਇਹ ਬਹੁਤ ਵੱਡਾ ਮਾਣ ਹੁੰਦਾ ਹੈ ਜਦੋਂ ਯੋਧਿਆਂ ਦੀਆਂ ਤਸਵੀਰਾਂ ਸਨਮਾਨ 'ਚ ਮਿਲਣ। ਅਗਲੇ ਮੈਚ ਦੀਆਂ ਦੋਨੋਂ ਟੀਮਾਂ ਦੋਨੋਂ ਗਰਾਊਂਡ ਦੇ ਵਿੱਚ ਆ ਜਾਣ ਕਿਰਪਾ ਕਰਕੇ, ਅਗਲੇ ਮੈਚ ਦੀਆਂ ਦੋਨੋਂ ਟੀਮਾਂ ਨੂੰ ਬੇਨਤੀ ਕਰਦੇ ਹਾਂ। ਉਧਰ ਕਹਿੰਦੇ ਵੀ 500 ਰੁਪਈਆ ਪੁੱਜਦਾ ਕਰ ਦਿੱਤਾ ਸੁੱਖਾ ਸਾਡਾ ਵੱਡਾ ਵੀਰ ਪੰਜਾਬ ਮੋਟਰ ਵਾਲਾ, ਮਾਣ ਸਾਡੀ ਜ਼ਿੰਦਗੀ ਦਾ ਜਿਹਨੇ $5,000 ਜਦੋਂ ਐਡੀਲੇਡ ਦੇ ਵਿੱਚ ਗੱਲ ਚੱਲੀ, ਜਿੰਨੇ ਖੁੱਲੇ ਮਿੱਤਰਾਂ ਦੇ ਖਰਚੇ ਤੇ ਉਹਨਾਂ ਖੁੱਲਾ ਰੱਬ ਸਾਨੂੰ ਦੇਈ ਜਾਂਦਾ ਹੈ।